ਲਿਆਂਦਾ ਤੈਨੂੰ ਮੁੱਲ ਕੁੜੇ, ਵਾਹ ਵਾਹ, ਬਣਾਇਆ ਤੈਨੂੰ ਧੀ ਕੁੜੇ, ਬਣਾਉਣਾ ਚਾਹੀਦਾ, ਖਾਂਦੀ ਪੀਂਦੀ ਨਿਗਰ ਚਲੀ, ਹੋਇਆ ਤੈਨੂੰ ਕੀ ਕੁੜੇ, ਹੈਂ, ਲਿਆਂਦਾ ਤੈਨੂੰ ਮੁੱਲ ਕੁੜੇ, ਹਾਂ, ਬਣਾਇਆ ਤੈਨੂੰ ਧੀ ਕੁੜੇ, ਖਾਂਦੀ ਪੀਂਦੀ ਨਿਗਰ ਦੀ ਚਲੀ, ਏਦਾਂ ਹੋਇਆ ਤੈਨੂੰ ਨੀ ਮਗਰ ਮੋਟੀ ਹੋ ਗਈ, ਖਾਈ ਖਾ 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 ਕੇ ਮੋਟੀ ਹੋ ਜਾਂਦੀ ਹੈ, ਮੋਟੀ ਨਹੀਂ ਹੋਈ ਜਾਂਦੀ, ਕਸੀ ਜਾਂਦੀ ਹੈ, ਕਸੀ ਜਾਂਦੀ ਹੈ, ਹਾਂ, ਖਾਂਦੀ ਪੀਂਦੀ ਕਸੀ ਜਾਂਦੀ ਹੈ, ਨਿਗਰ ਦਾ ਮਤਲਬ ਤਾਂ ਕਹਿੰਦੇ ਬੜੇ ਨਿਗਰਿਆ ਪਿਆ, ਮਤਲਬ ਬੜਾ ਮੋਟਾ ਹੋਇਆ ਪਿਆ, ਐ ਨਹੀਂ ਹੁੰਦਾ, ਜ਼ਰੂਰੀ ਨਹੀਂ ਹੁੰਦਾ, ਨਿਗਰਨ ਦਾ ਮਤਲਬ ਕਸਿਆ ਹੋਇਆ ਬੰਦਾ ਹੁੰਦਾ, ਜ਼ਰੂਰੀ ਨਹੀਂ ਹੁੰਦਾ, ਕਿ ਬੰਦੇ ਨੂੰ ਕੀ ਰਗੜ ਰਹੇ ਹੋ ਤੁਸੀਂ ਜਿਹੜਾ ਕਸ ਗਿਆ ਉਹ, ਹੈ, ਜਿਵੇਂ ਬੰਦੇ ਨੂੰ ਲੈ ਕੇ ਆ, ਉਹ ਬੰਦਾ ਜਾਂ ਮੂਲੀ ਹੈ ਜਿਹਨੂੰ ਲਿਆਏ ਤੁਸੀਂ ਕੱਦੂਕਸ ਕਰਤਾ ਤੇ ਬੰਦਾ ਖਤਮ, ਜਵਾਬ ਹੈਗਾ ਉਹ ਐਵੇਂ ਹੈ, ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ, ਹੁਣ ਤੁਸੀਂ ਬੰਦੇ ਨੂੰ ਮੁੱਲ ਥੋੜਾ ਨਾ ਲੈ ਕੇ ਆਨੇ ਹੋ, ਇਹ ਗੱਲ ਹੈ ਕਿ ਬੰਦਾ ਇਹ ਮਤਲਬ ਕੋਈ ਚੀਜ਼ ਹੈ, ਬੰਦਾ ਤਾਂ ਨਹੀਂ ਮੁੱਲ ਕੇ ਲੈ ਕੇ ਆਉਂਦੇ ਨਾ, ਬਟ ਧੀਆਂ ਵਰਗੀ ਬਣਾ ਕੇ ਰੱਖਦੇ, ਮਤਲਬ ਜਿਹੜੇ ਪਿਆਰ ਨਾਲ ਸੰਭਾਲ ਕੇ ਰੱਖਦੇ, ਇਹ ਵੀ ਸਮਝ ਆਉਂਦਾ ਕਿ ਇਹਦਾ ਵਰਡ ਜਿਹੜਾ ਫੀਮੇਲ ਹੋਏਗਾ, ਕਿਉਂਕਿ ਧੀ ਕਿਹਾ ਪੁੱਤ ਨਹੀਂ ਕਿਹਾ, ਹੈ ਨਾ, ਪੁੱਤਾਂ ਨਾਲ ਧੱਕਾ ਇਹ, ਦੇਖੋ ਪੁੱਤ ਨਹੀਂ ਬਣਾਇਆ ਧੀ ਬਣਾਇਆ, ਹੈ ਨਾ, ਖੈਰ ਕੋਈ ਗੱਲ ਨਹੀਂ, ਤੇ ਜਿਹਨਾਂ ਨੂੰ ਪਤਾ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ, ਤੇ ਤੁਸੀਂ ਦੋ ਜਵਾਬ, ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ, ਖਾਂਦੀ ਪੀਂਦੀ ਨਿਗਰ ਚਲੀ, ਹੋਇਆ ਤੈਨੂੰ ਕੀ ਕੁੜੇ, ਖਾਂਦੀ ਪੀਂਦੀ ਮਤਲਬ ਕੁਛ ਖਾਂਦੀ ਪੀਂਦੀ ਵੀ ਹੈ ਉਹ, ਤੇ ਖਾਂਦੀ ਪੀਂਦੀ ਤੂੰ ਤੁਸੀਂ ਕਹਿ ਰਹੇ ਹੋ ਕਿ ਉਹ ਖਤਮ ਹੋਈ ਜਾ ਰਹੀ ਹੌਲੀ ਹੌਲੀ, ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ, ਹੈ ਕਿਸ ਚੀਜ਼ ਦੇ ਨਾਲ ਜੁੜੀ ਹੋਈ ਹੈ, ਲੇਡੀਜ਼ ਨਾਲ ਰਿਲੇਟਡ ਹੈ, ਲੇਡੀਜ਼ ਨਾਲ ਜੁੜੇ ਤਨ ਕਿਚਨ ਨਾਲ ਰਿਲੇਟਡ ਹੈ, ਹੈ ਕਿਚਨ ਨਾਲ ਲਿਪਸਟਿਕ, ਉਹ ਆਪਣਾ ਲਿਪਸਟਿਕ, ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ, ਕੁੜੀ ਨੂੰ ਲਿਪਸਟਿਕ ਸਭ ਤੋਂ ਜ਼ਿਆਦਾ ਪਿਆਰੀ ਹੁੰਦੀ ਹੈ, ਅੱਛਾ, ਖਾਂਦੇ ਪੀਂਦੇ ਮਤਲਬ ਮੂੰਹ ਨਾਲ ਖਾਂਦੇ ਆ ਤੇ ਮੂੰਹ ਤੇ ਲੱਗਦੀ ਲਿਪਸਟਿਕ, ਖਾਂਦੇ ਪੀਂਦੇ ਨਿਗਰ ਦੀ ਚੱਲੀ, ਮਤਲਬ ਨਿਗਰ ਤੁਹਾਡੇ ਸਾਹਮਣੇ ਨਿਗਰ ਦਾ ਮਤਲਬ ਪਤਲਾ ਹੋਣਾ, ਖਤਮ ਹੋਣਾ, ਜਿਵੇਂ ਜਿਵੇਂ ਲਾਈ ਜਾਂਦੇ ਉਦੋਂ ਖਤਮ ਹੋ ਜਾਂਦੀ ਹੈ, ਤੋ ਇਹਦਾ ਜਵਾਬ ਹੈ ਜੀ ਲਿਪਸਟਿਕ, ਗਲਤ ਜਵਾਬ, ਲਿਪਸਟਿਕ ਤਾਂ ਉਦਾਂ ਵੀ ਟੁੱਟ ਜਾਂਦੀ ਹੈ, ਬਾਈ ਕਮੈਂਟ ਰਾਹੀਂ ਜਵਾਬ ਦਿਓ, ਜਵਾਬ ਬਣਦਾ ਹੈ ਜਾਂ ਨਹੀਂ ਜੋ ਮੈਂ ਜਵਾਬ ਦੱਸਿਆ, ਤੇ ਇਹਦਾ ਜਵਾਬ ਫਿਰ ਜਵਾਬ ਹੈ, ਜਵਾਬ ਫਿਰ ਪੈਨਸਿਲ, ਪੈਨਸਿਲ ਕਿਵੇਂ, ਉਹ ਤਾਂ ਮੁੰਡੇ ਵੀ ਯੂਜ਼ ਕਰਦੇ ਆ, ਅੱਛਾ ਇਕੱਲੀ ਕੁੜੀਆਂ ਯੂਜ਼ ਕਰਦੀਆਂ ਨੇ ਪੈਨਸਿਲ, ਦੇਖੋ ਸੁਣੋ ਸੁਣੋ ਪੈਨਸਿਲ ਸੁਣ ਲਓ, ਮੈਂ ਤੁਹਾਨੂੰ ਪਹਿਲੀ ਕਿਹਾ ਗਾ ਕਿਚਨ ਵਿੱਚ ਯੂਜ਼ ਹੋਣ ਵਾਲੀ ਚੀਜ਼ ਹੈਗੀ, ਲਿਪਸਟਿਕ ਆ ਜਿਹੜੀ ਉਹ ਕਿਚਨ ਵਿੱਚ ਯੂਜ਼ ਆ ਨਹੀਂ, ਮੇਰੀ ਗੱਲ ਤਾਂ ਸੁਣ ਲਓ, ਪੈਨਸਿਲ ਹੁੰਦੀ ਹੈ ਉਹਨੂੰ ਵੀ ਆਪਾਂ ਮੁੱਲ ਲੈ ਕੇ ਆਉਂਦੇ ਹਾਂ, ਅਤੇ ਖਾਂਦੀ ਪਾਂਦੀ ਮਤਲਬ ਕਿ ਉਹਨੂੰ ਆਪਾਂ ਉਹ ਕੀ ਕਹਿੰਦੇ ਆ, ਉਹਨੂੰ ਤੁਸੀਂ ਖਵਾ ਪਿਲਾ ਨਹੀਂ ਰਹੇ, ਜਿਹੜਾ ਉਹਨੂੰ ਲੱਗਿਆ ਹੋਇਆ ਉਹ ਵੀ ਉਤਾਰ ਰਹੇ ਹੁੰਦੇ, ਖਾਂਦੀ ਪੀਂਦੀ ਨਿਗਰ ਦੀ ਚੱਲੀ ਹੋਵੇ ਤੈਨੂੰ ਕੀ ਕੁੜੇ, ਕਰਛੀ, ਕਿਵੇਂ ਕਰਛੀ, ਤੂੰ ਸਾਰੀ ਚੀਜ਼ ਖਾਂਦੀ ਹੈ, ਕਰਛੀ ਨੂੰ ਮੁੱਲ ਲੈ ਕੇ ਆਉਂਦੇ ਆ, ਉਹ ਸਾਰੀ ਮਤਲਬ ਜਿਹੜੀ ਸਬਜ਼ੀ ਬਣਦੀ ਹੈ ਉਹ ਟੇਸਟ ਕਰਦੀ ਕਰਦੀ ਹੈ, ਲੇਕਿਨ ਉਹ ਪਤਲੀ ਕਿੱਥੋਂ ਹੁੰਦੀ ਮੈਨੂੰ ਤਾਂ ਇਹ ਨਹੀਂ ਸਮਝ ਆਇਆ, ਨਹੀਂ ਜਿਹੜਾ ਕੋਈ ਮਰਜ਼ੀ ਭਾਂਡਾ ਲਗਾ ਲਓ ਤੁਸੀਂ, ਅੱਛਾ ਆਪਾਂ ਉਹਨੂੰ ਜੋ ਲੈ ਕੇ ਆਉਂਦੇ ਹੈਗੇ ਉਦੋਂ ਉਹ ਹੈਵੀ ਹੁੰਦਾ ਗਾ ਜਾਂ ਫਿਰ ਬਹੁਤ ਹੀ ਵਧੀਆ ਹੁੰਦਾ, ਜਿਵੇਂ ਜਿਵੇਂ ਆਪਾਂ ਉਹਨੂੰ ਯੂਜ਼ ਕਰੀ ਜਾਂਦੇ ਹਾਂ ਕਰੀ ਜਾਂਦੇ ਹਾਂ ਕਰੀ ਜਾਂਦੇ ਉਹ ਨਾ ਘਸ ਜਾਂਦਾ ਗਾ, ਇਹ ਤਾਂ ਝੂਠ ਹੈ, 70 ਸਾਲ ਪਹਿਲਾਂ ਮੈਂ ਇੱਕ ਕੁਰਸੀ ਲੈ ਕੇ ਆਇਆ ਥਾ, ਅੱਜ ਤੱਕ ਕੁਰਸੀ ਉਧਰ 70 ਸਾਲ, ਚਲੋ ਇਹ ਤਾਂ ਪਤਾ ਲੱਗਿਆ ਵੀ ਇਹਨਾਂ ਦੀ ਉਮਰ 70 ਸਾਲ ਦੀ, ਉਹ ਨਹੀਂ ਮਤਲਬ 7 ਸਾਲ ਪਹਿਲੇ ਕਹਿੰਦਾ ਸੀ, 70 ਸਾਲ ਦੀ ਉਮਰ ਉਹ ਕਦੀ ਵੱਧਾ ਫਲੋ ਫਲੋ ਜਦੋਂ ਦਾ ਨਿਕਲਿਆ, 7 ਸਾਲ ਪਹਿਲੇ ਮੈਂ ਲੈ ਕੇ ਆਇਆ ਸੀਗਾ, ਠੀਕ ਹੈ, ਤੋ ਜਿਹੜਾ ਹੈ ਪਹਿਲੀ ਵਾਰ ਸੱਚ ਮੂੰਹੋਂ ਨਿਕਲਿਆ, ਬਾਈ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਪਤਾ ਸੀ ਉਮਰ 70 ਸਾਲ, ਬਦਨਾਮ ਕਰਦੀ ਸਾਜਿਸ਼ ਵਿਰੋਧੀ ਤਾਕਤਾਂ ਦਾ ਹੱਥ, ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ।